ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਿੰਦਰ ਸਿੰਘ, ਪਿੰਡ ਜਲੌਰ। ਹਾਂਜੀ, ਇਹ ਬਿਲਕੁਲ ਜੀਰੋ ਪ੍ਰਬੰਧ ਆ ਜੀ, ਬਹੁਤ ਧੱਕਾ ਚੱਲ ਰਿਹਾ। ਇੱਕ ਇੱਕ ਬੰਦਾ ਦਸ ਦਸ ਪਹਿਲਾਂ ਅੰਦਰੋਂ ਹੀ ਫੜਾ ਰਿਹਾ, ਬਾਹਰਲੇ ਤਾਂ ਟਾਕੀ ਵਾਲੇ ਤਾਂ ਸੁਣੇ ਨਹੀਂ ਰਹੇ ਕੋਈ। ਆਹ ਲੇਡੀਜ਼ ਸਵੇਰ ਦੀਆਂ ਖੜੀਆਂ ਨੇ 9 ਵਜੇ ਦੀਆਂ, ਅਜੇ ਤੱਕ ਉਹਨਾਂ ਦੇ ਫਾਰਮ ਨਹੀਂ ਜਮ੍ਹਾਂ ਹੋਏ। ਕੋਈ ਬੈਠਣ ਦਾ ਪ੍ਰਬੰਧ ਨਹੀਂ, ਕੋਈ ਪਾਣੀ ਦਾ ਪ੍ਰਬੰਧ ਨਹੀਂ ਜੀ। ਤੁਹਾਡੇ ਸਾਹਮਣੇ ਦੇਖੋ, ਦੁਨੀਆਂ ਤਰ੍ਹਾਂ ਤਰ੍ਹਾਂ ਕਰਦੀ ਫਿਰ ਰਹੀ ਆ। ਹਾਂਜੀ, ਕੋਈ ਕੁਛ ਨਹੀਂ ਜੀ, ਬੈਠਣ ਦਾ ਵੀ ਪ੍ਰਬੰਧ ਹੈ ਨਹੀਂ। ਤੁਸੀਂ ਪੱਖੇ ਨੂੰ ਕਹਿ ਰਹੇ ਹੋ, ਬੈਠਣ ਦਾ ਵੀ ਪ੍ਰਬੰਧ ਪੂਰਾ ਹੈ ਨਹੀਂ, ਪਾਣੀ ਦਾ ਪ੍ਰਬੰਧ ਕੋਈ ਹੈ ਨਹੀਂ ਜੀ ਇੱਥੇ। ਕੋਈ ਪ੍ਰਬੰਧ ਨਹੀਂ ਜੀ ਇੱਥੇ, ਕੋਈ ਕੁਛ ਨਹੀਂ। ਫੋਕੇ ਵਾਹਦੇ ਨੇ, ਜਿੰਨੇ ਮਰਜ਼ੀ ਕਰੀ ਜਾਓ, ਉਹਦਾ ਕੋਈ ਫਾਇਦਾ ਤਾਂ ਹੈ ਨਹੀਂ ਜੀ। ਮੰਗ ਇਹ ਆ, ਪਹਿਲੀ ਤਾਂ ਗੱਲ, ਜਿਹੜਾ ਅੰਦਰ ਬੈਠੀ ਆ ਕਮੇਟੀ ਬੈਠੀ ਆ, ਵਿੰਡੋ ਕਾਹਦੇ ਵਾਸਤੇ ਖੋਲ੍ਹੀ ਉਹਨਾਂ ਨੇ? ਜਦੋਂ ਵਿੰਡੋ ਹੀ ਬੰਦ ਕਰ ਦੇਣ, ਅੰਦਰ ਹੀ ਫਾਈਲਾਂ ਫੜ ਲੈਣ ਸਿੱਧੀਆਂ। ਜਿਹੜੇ ਫਰਮਾਇਸ਼ੀ ਆ ਰਹੇ ਨੇ ਉਹ ਫਾਈਲ ਅੰਦਰੋਂ ਜਮ੍ਹਾਂ ਕਰਾ ਰਹੇ ਨੇ, ਜਿਹੜੀ ਆਮ ਜਨਤਾ ਉਹ ਬਾਹਰ ਖੱਜਲ ਹੋ ਰਹੀ ਆ। ਹਾਂਜੀ, ਪ੍ਰਬੰਧ ਕੋਈ ਨੀ ਜੀ। ਹਾਂਜੀ ਵੀਰ ਜੀ, ਗੁਰਪ੍ਰੀਤ ਕੌਰ, ਪਿੰਡ ਮਾਲਪੁਰ। ਹਾਂਜੀ ਵੀਰ ਜੀ, ਇੱਕ ਬੰਦਾ ਖੜਾ ਸੀ ਐਨਕਾਂ, ਮੈਨੂੰ ਨੀ ਪਤਾ, ਚਾਰ ਚਾਰ ਪੰਜ ਪੰਜ ਫਾਈਲਾਂ ਅੱਗੇ ਲੋਕਾਂ ਦੀਆਂ ਦੇ ਰਿਹਾ, ਲੇਡੀਜ਼ ਦੀ ਬਿਲਕੁਲ ਵਾਰੀ ਨੀ ਆਉਣ ਦੇ ਰਿਹਾ ਹੈਗਾ। ਆ ਸਾਨੂੰ ਪੰਜ ਚਾਰ ਚਾਰ ਪੰਜ ਪੰਜ ਘੰਟੇ ਹੋ ਗਏ ਲਾਈਨਾਂ 'ਚ ਲੱਗੀਆਂ ਨੂੰ। ਕਈ ਬੀਬੀਆਂ ਤਾਂ ਨਹੀਂ ਖੜਾ ਹੁੰਦਾ, ਦੇਖੋ ਕਿੰਨੀਆਂ ਮੁਸ਼ਕਲ ਨਾਲ ਖੜੀਆਂ ਨੇ ਉਹ। ਕੁਛ ਵੀ ਨੀ ਕਹਿ ਰਹੇ ਉਹ, ਕੁਛ ਵੀ ਨੀ ਕਹਿ ਰਹੇ ਉਹ, ਅੱਗੇ ਅੱਗੇ ਜਾਣ ਨਹੀਂ ਦੇ ਰਹੇ ਹੈਗੇ। ਹਾਂਜੀ ਹਾਂਜੀ, ਹੋਣੇ ਚਾਹੀਦੇ ਨੇ, ਬਿਲਕੁਲ ਨੀ ਕੋਈ ਪ੍ਰਬੰਧ ਹੈਗਾ। ਬੰਦੇ ਐਂ ਟਾਕੀਆਂ ਨੂੰ ਐਂ ਕਰਕੇ ਖੜਦੇ ਨੇ, ਕਿੱਥੇ ਲਿਖਿਆ ਹੋਇਆ ਇਹ? ਨਹੀਂ ਜੀ ਨਹੀਂ, ਕੋਈ ਬਿਲਕੁਲ ਨੀ ਆਇਆ ਸਾਡੇ ਕੋਲ। ਮੈਂ ਇਹ ਮੰਗ ਕਰਦੀ ਹਾਂ ਵੀ ਲੇਡੀਜ਼ ਨੂੰ ਪਹਿਲ ਦੇ ਆਧਾਰ ਤੇ ਅੱਗੇ ਜਾਣ ਦੇਣਾ ਚਾਹੀਦਾ। ਉਹ ਤਾਂ ਜੀ ਹੋਣਗੀਆਂ, ਹੁਣ ਵੀ 20-30 ਮੈਡਮਾਂ ਖੜੀਆਂ ਨੇ ਹਜੇ ਵੀ। ਨਹੀਂ ਜੀ, ਕੋਈ ਪ੍ਰਬੰਧ ਨਹੀਂ ਹੈਗੇ, ਹਰ ਕੋਈ ਬੰਦਾ ਆਪਣਾ ਆਪਣਾ ਪਾਣੀ ਲੈ ਕੇ ਆ ਰਿਹਾ। ਨਾ ਕੋਈ ਬੈਠਣ ਦਾ ਨਹੀਂ, ਆ ਦੋ ਚਾਰ ਕੁਰਸੀਆਂ ਹੈਗੀਆਂ ਨੇ, ਬੈਠਦੇ ਨੇ। ਹਾਂਜੀ, ਮੈਂ ਲੈਨਨ ਗਰਗ, BDPO ਸੰਦਰਾਲਾ ਜੀ। ਸਾਡੇ 300 ਚੇਅਰ ਲਗਵਾਈ ਹੋਈ ਹੈ, ਬਕਾਇਦਾ ਸ਼ਾਮਾ ਨਾਲ ਲੱਗਿਆ ਹੋਇਆ ਜੀ, ਆਪਾਂ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਪਾਣੀ ਦਾ ਪੂਰਾ ਪ੍ਰੋਪਰ ਕੈਂਪਰ ਮੰਗਾਏ ਹੋਏ ਆ, ਮਿਨਰਲ ਵਾਟਰ ਮੰਗਵਾਇਆ ਹੋਇਆ, ਪਰ ਕੰਟੀਨਿਊ ਮੈਂ ਰੈਗੂਲਰ ਬੈਠਾ, ਮਤਲਬ ਈਵਨ ਪਿਛਲੀਆਂ ਛੁੱਟੀਆਂ ਦੇ ਦੌਰਾਨ ਵੀ ਮੈਂ ਇੱਥੇ ਸੀ, ਹੁਣ ਵੀ ਮੈਂ ਇੱਥੇ ਬੈਠਾ। ਅਗਰ ਕਿਸੇ ਨੂੰ ਕੋਈ ਪ੍ਰੋਬਲਮ ਮੇਰੇ ਆਫਿਸ ਦੇ ਵਿੱਚ ਨੋਮੀਨੇਸ਼ਨ ਫਾਈਲ ਹੋ ਗਿਆ ਤਾਂ ਮੈਨੂੰ ਆ ਕੇ ਕਹਿ ਦੇਣ, ਤਾਂ ਮੈਂ ਜੇ ਉਹ ਵੀ ਕੋਈ ਪ੍ਰੋਬਲਮ ਹੈਗੀ ਤਾਂ ਸੋਲਵ ਕਰੂੰਗਾ। ਜਿਵੇਂ ਕਿ ਫਾਰਮ ਭਰੇ ਜਾ ਰਹੇ ਨੇ, 3-4 ਦੇ ਵਿੰਡੋ ਲੱਗੀਆਂ ਹੋਈਆਂ, ਤੇ ਇੱਕ ਦੋ ਵਿੰਡੋ ਦੇ ਬਹੁਤ ਜ਼ਿਆਦਾ ਬੁਰਾ ਹਾਲ ਹੈ, ਜਿੱਥੇ ਕਿ ਲੋਕਾਂ ਦਾ ਧੁੱਪ 'ਚ ਖੜਨਾ ਵੀ ਔਖਾ ਹੈ। ਬਿਲਕੁਲ ਜੀ, ਦੇਖੋ ਕਿਸੇ ਕਲੱਸਟਰ ਦੇ ਵਿੱਚ ਕੋਈ ਪਿੰਡ ਨਾ ਵੱਡਾ ਛੋਟਾ ਹੋ ਜਾਂਦਾ, ਜਦੋਂ ਪਿੰਡ ਦਾ ਵੱਡਾ ਹੋ ਜਾਂਦਾ ਤਾਂ ਉਹਦੇ 'ਚ ਮੈਂਬਰ ਜ਼ਿਆਦਾ ਹੋ ਜਾਂਦੇ ਆ। ਕਿਸੇ ਪਿੰਡ ਦੇ ਵਿੱਚ 5 ਮੈਂਬਰ ਹੈ, ਕਿਸੇ ਦੇ ਵਿੱਚ 9 ਹੈ, ਕਿਸੇ 7 ਹੈ, ਕਿਸੇ ਦੇ 11, ਕਿਸੇ ਦੇ ਵਿੱਚ 13। ਨੈਚੁਰਲੀ ਜਿਹੜੇ ਪਿੰਡ ਵੱਡੇ ਕਲੱਸਟਰ 'ਚ ਆ ਗਏ, ਤਾਂ ਮੇਰੇ ਖਿਆਲ ਉੱਥੇ ਫਿਰ ਥੋੜ੍ਹਾ ਰਸਤਾ ਜ਼ਿਆਦਾ ਹੋਊਗਾ ਜੀ।